ਆਪੀ ਸੱਚੇ ਪਾਤਸ਼ਾਹ ਵਾਹਿਗੁਰੂ ਮਰਵਾਉਂਦਾ, ਬੰਦੇ ਦੇ ਦਮ ਤੇ ਥਾਪੀ ਨਹੀਂ ਵੱਜਦੀ। ਪਹਿਲਾਂ ਨੀ ਕਿਸੇ ਨੇ ਮਾਰੀ, ਅਸੀਂ ਕਿਉਂ ਮਾਰੀ ਹੈ, ਸਾਨੂੰ ਕਹਿ ਕੇ ਤੋਰਿਆ ਬਾਬੇ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਰਾਊਂਡਰ 855 ਚੈਨਲ ਤੇ। ਆਪਾਂ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ, ਜੋ ਕਿ 9 ਜਨਵਰੀ ਨੂੰ ਕਰਵਾਏ ਗਏ ਸਨ। ਆਪਾਂ ਪਹਿਲਾਂ ਗੱਲ ਕਰਾਂਗੇ ਮਨਸੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਇਨਾਮ 1,11,000 ਸੀ ਅਤੇ ਦੂਜਾ ਇਨਾਮ 90,000 ਸੀ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 21,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਦਿਆਲਪੁਰ ਅਤੇ ਬੁੱਟਰ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਦਿਆਲਪੁਰ ਦੇ ਨੰਬਰ ਰਹੇ 16 ਅਤੇ ਬੁੱਟਰ ਦੇ ਨੰਬਰ ਰਹੇ 13.5। ਇਹਦੇ ਵਿੱਚੋਂ ਦਿਆਲਪੁਰ ਫਸਟ ਅਤੇ ਬੁੱਟਰ ਸੈਕੰਡ। ਇੱਥੋਂ ਬੈਸਟ ਰੇਡਰ ਬਣੇਗਾ ਹਰਜੋਤ ਪੰਡਾਲ, 13 ਕਬੱਡੀਆਂ ਪਾ ਕੇ 8 ਨੰਬਰ ਲਏ। ਅਤੇ ਬੈਸਟ ਜਾਫੀ ਬਣਿਆਗਾ ਮਣੀ ਦਿਆਲਪੁਰ, 7 ਟੱਚ ਲੈ ਕੇ 4 ਜਫੇ ਲਾਏ। ਹਾਂਜੀ, ਅੱਗੇ ਗੱਲ ਕਰਾਂਗੇ ਮਹਿਰਾਜ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ। ਅਤੇ ਅੱਜ ਕਰਦੇ ਹਾਂ ਮਹਿਰਾਜ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਗੱਲ। ਉੱਥੇ ਪਹਿਲਾ ਨਾਮ 1,50,000 ਅਤੇ ਦੂਜਾ ਨਾਮ 1,00,000 ਰੁਪਇਆ ਸੀ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 75,000 ਰੁਪਏ ਦਿੱਤੇ ਗਏ ਸਨ। ਇੱਥੇ ਅੱਜ ਸਿਰੇ ਸਿਰੇ ਦੀਆਂ ਟੀਮਾਂ ਪੁੱਜੀਆਂ ਸਨ ਅਤੇ ਇੱਥੇ ਫਾਈਨਲ ਮੈਚ ਹੋਇਆ ਸੀਗਾ ਸੁਰਖਪੁਰ ਅਤੇ ਦੋਦੇ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਸੁਰਖਪੁਰ ਦੇ ਨੰਬਰ ਰਹੇ 7.5 ਅਤੇ ਦੋਦੇ ਦੇ ਨੰਬਰ ਰਹੇ 16। ਇਹਦੇ ਵਿੱਚੋਂ ਦੋਦਾ ਫਸਟ ਅਤੇ ਸੁਰਖਪੁਰ ਸੈਕੰਡ। ਅਤੇ ਦੋਦੇ ਵਾਲੇ ਮੁੰਡਿਆਂ ਨੇ ਇਸ ਫਾਈਨਲ ਦੇ ਵਿੱਚ ਸਿਰਾ ਕਰਵਾਤੀ ਹੈ ਕਿ ਰੁਪਿੰਦਰ ਦੋਦੇ ਵਾਲੇ ਨੇ 9 ਕਬੱਡੀਆਂ ਪਾ ਕੇ 9 ਨੰਬਰ ਲਏ ਅਤੇ ਬੈਸਟ ਰੇਡਰ ਬਣਿਆ। ਅਤੇ ਦੋਦੇ ਵਾਲਾ ਘੋੜਾ 5 ਟੱਚ ਲੈ ਕੇ 3 ਜਫੇ ਲਾਏ ਅਤੇ ਬੈਸਟ ਜਾਫੀ ਬਣਿਆ। ਹਾਂਜੀ, ਅਸੀਂ ਵੀਡੀਓ 9 ਜਨਵਰੀ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ। ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ, ਨਾਲ ਹੀ ਕਮੈਂਟ ਜ਼ਰੂਰ ਕਰਕੇ ਜਾਇਓ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ ਜੀ।